ਫਾਜ਼ਿਲਕਾ ਚ ਬੀਐਸਐਫ ਨੇ ਜੁਰਾਬਾਂ ਵਿੱਚ ਪਾਈ 9.5 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ। ਮੋਗਾ ਚ 4 ਨਸ਼ਾ ਤਸਕਰਾਂ ਦੀ 2,14,00,000 ਰੁਪਏ ਦੀ ਜਾਇਦਾਦ ਜ਼ਬਤ। ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਚ ਗੁਰਦਾਸਪੁਰ ਦੇ ਨੌਜਵਾਨ ਨੇ ਮਾਰੀ ਬਾਜੀ, ਜਿੱਤੀ ਚੈਂਪੀਅਨਸ਼ਿਪ। ਪਿੰਡ ਪਹੁੰਚਣ ਉੱਤੇ ਭਰਮਾ ਸਵਾਗਤ। ਹੋਲੀ ਦੇ ਰੰਗਾਂ ਕਾਰਨ ਪੈ ਗਿਆ ਪੰਗਾ, ਘਰ ਦੇ ਬਾਹਰ ਬੈਠੀ ਬਜ਼ੁਰਗ ਮਹਿਲਾ ਉੱਤੇ ਹਮਲਾ, ਗੁਆਂਢੀ ਨੇ ਕੀਤੀ ਕੁੱਟਮਾਰ। ਜਲੰਧਰ ਦੇ ਲਸੂੜੀ ਚ ਵਾਪਰੀ ਘਟਨਾ, ਦੇਖੋ ਸੀਸੀਟੀਵੀ ਤਸਵੀਰਾਂ। ਖਰੜ ਚ ਅਦਾਲਤ ਨੇ 3 ਗੈਂਗਸਟਰਾਂ ਨੂੰ 4 ਦਿਨਾਂ ਦੇ ਰਿਮਾਂਡ ਉੱਤੇ ਭੇਜਿਆ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਖਰੜ ਤੋਂ ਕੀਤੇ ਸੀ ਕਾਬੂ, ਤਿੰਨਾਂ ਉੱਤੇ ਕਈ ਸੰਗੀਨ ਮਾਮਲੇ ਨੇ ਦਰਜ। ਧੀ ਦੇ ਜਨਮ ਉੱਤੇ ਵਧਾਈ ਦੇਣ ਵਾਲਿਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਧੰਨਵਾਦ। ਅਮਰੀਕਾ ਦੀ ਡੌਂਕੀ ਲੱਗਦੀ ਸੁਣੀ, ਪਰ ਕੋਟਕਪੁਰਾ ਦੀ ਏਜੰਟਾਂ ਨੇ ਪੱਲੇਦਾਰ ਮੁੰਡੇ ਨੂੰ ਲਵਾਤੀ ਮਲੇਸ਼ੀਆ ਦੀ ਡੌਂਕੀ। ਕਰੀਬ 3,00,000 ਖਰਚ ਕਰਕੇ ਮੁਸ਼ਕਲ ਨਾਲ ਪਰਤਿਆ ਵਾਪਸ। ਆਪ ਤੋਂ ਬੀਜੇਪੀ ਚ ਗਏ ਸੁਸ਼ੀਲ, ਰਿੰਕੂ ਅਤੇ ਸ਼ੀਤਲ ਅੰਗੁਰਾਲ ਨੇ ਤੋੜਿਆ ਲੋਕਾਂ ਦਾ ਦਿਲ। ਰੱਜ ਕੇ ਕੱਢ ਰਹੇ ਭੜਾਸ, ਕਹਿੰਦੇ ਇਹਨਾਂ ਨੇ ਪੰਜਾਬੀਆਂ ਨੂੰ ਠੱਗਿਆ। ਜੀਰਾ ਚ ਮਾਂ ਨੂੰ ਗੋਲੀ ਮਾਰਨ ਵਾਲੇ ਕਲਯੁਗੀ ਪੁੱਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਇਦਾਦ ਲਈ ਮਾਂ ਅਤੇ ਭਰਾ ਉੱਤੇ ਕੀਤੀ ਸੀ ਫਾਇਰਿੰਗ। ਕਾਂਗਰਸ ਛੱਡ ਕੇ ਭਾਜਪਾ ਚ ਗਏ ਕੈਪਟਨ ਨੂੰ ਬੋਲੇ ਬੀਬੀ ਰਜਿੰਦਰ ਕੌਰ ਭੱਠਲ, ਇਹ ਤਾਂ ਪਹਿਲਾਂ ਵੀ ਦੇਸ਼ ਨੂੰ ਛੱਡ ਕੇ ਅੰਗਰੇਜ਼ਾਂ ਨਾਲ ਮਿਲ ਗਏ ਸੀ।